ਉੱਪਰ ਮੈਂ ਸਾਰਾ ਕੰਮ ਸਫਾਈ ਕੀਤੀ ਹੈ, ਕਲੀਨਿੰਗ ਤੇ ਸਾਰੀ ਤੇ ਉਹ ਫਿਰ ਰੋਟੀ ਬਣਾਈ ਹੈ। ਰੋਟੀ ਦਾ ਟਾਈਮ ਹੋਇਆ ਸੀ, ਪਹਿਲੀ ਵੀ ਸੀ, ਫਿਰ ਮੈਂ ਇਹ ਰੋਟੀ ਖਾਈ ਤੇ ਤਾਂ ਚਲੋ ਹੁਣ ਤੇ ਭਾਂਡੇ ਕੇਵਲ ਧੋਈ ਗਏ। ਬਸ ਬੱਚਿਆਂ ਕੀ ਸਹੀ ਕਰੀਏ ਤੇ ਦੱਸਿਆ ਕਰੋ ਵੀ ਤੁਸਾਂ ਦਾ ਇਸੇ ਦਾ ਕਜ਼ਨ ਹੈ, ਰਿਸ਼ਤੇਦਾਰ ਹੈ, ਇਸੇ ਦਾ ਰਿਸ਼ਤੇਦਾਰ ਹੈ ਤੇ ਪਲੀਜ਼ ਮੈਂ ਤੁਸਾਂ ਕਿ ਬਾਰ ਬਾਰ ਆਸੋ ਵੀਡੀਓ 'ਚ ਬਣਨੀ ਹੈ ਆਪਣੇ ਬੱਚਿਆਂ ਦੇ ਦਿਲਾਂ 'ਚ ਦਿਮਾਗਾਂ 'ਚ ਨਫ਼ਰਤਾਂ ਨਾ ਬੋਈ ਤੇ ਜੇ ਅੱਲਾ ਨੇ ਪੱਕੜ ਬੜੀ ਡੈਡੀਏ ਬੰਦੇ ਉਹ ਖੁਦਾ ਨੇ
पेड़ा नाइस बनते आ गए ना, तो फिर नाइस लग रहे परौठे भी बनने सोने बनने सोने सोने बनने इतने सोने बनने नहीं कि खाने का दिल भी करना है। मैं अगर वीडियो बनाई है ना लस्सी निकले ते दाल पकौड़े मी कुछ कमेंट टिकटॉक पर किया हूं ना आया भाई बाजी तू सारी वीडियो तकी है ते तुसा जा ना ए हथे नाल लपया करो ए समोसे ए पकौड़े हथे नाल लपया करो चमचे ना रखो निके निके पेने हथे नाल भी निके कर सकदे आ ना ए ते नहीं बड़े बड़े पकौड़े ता बनाए के ठीक रहने बड़े कई बंदे बड़े पकौड़े नाइस लगदे कई निके चंगे लगदे मैं तो कि ये बानी सा के बच्चिया की हट को परांठा है जिथा तिया वे छोने ना तो कड़ी कड़ी फोन ना करने रिया करो कै खादे जने कुछ दिता ही क्यों दिता है ये किते ही ओ तिया ने कर सारा जल्दी पटना है मैं जो कुछ अखी तकनी करनी है ना मैं तो कि वो बानी करनी है महाराज उम्र नहीं इतनी जितने मेरे तजर्बे न समझ रहे हो बड़ी गल तिया भी तो उन्होंने पिछले राग ही ना करया करो उन्हें की उठा अगले बंदे ना एडजस्ट हो गया करो अगली फैमिली ना रोक दिया करो उन्हें खबर ना ले रखिया करो कि फलाने की कुछ आ गया तो नहीं ना माए तो गेरे परौंठे बनी नाल गल्ला ਤੁਸਾਂ ਨਾਲ ਗੱਪਾਂ ਠੋਕਣੀਆਂ ਨਾਲ ਹੀ ਪਰਾਂਠੇ ਵਾਲੇ ਬਣੀਗੇ ਐਦਾ ਕਈ ਜਿਹੜੀਆਂ ਹੁੰਦੀਆਂ ਨਾ ਸੱਸਾਂ ਅੱਜ ਫੈਮਿਲੀ ਨੂੰ ਮੈਂ ਟੋਪਿਕ ਛੋਇਆ ਹੈ ਕਈ ਹੁੰਦੀਆਂ ਜਿਹੜੀਆਂ ਸੱਸਾਂ ਉਹਨਾਂ ਨਾਲ ਜੋ ਕੁਛ ਬੀਤੇ ਆਉਣ ਸਾਹਮਣਿਆਂ ਉਹ ਆਉਣੀਆਂ ਅਸਾਂ ਵੀ ਉਹਨਾਂ ਲਈ ਹੀ ਕੰਮ ਕਰਸਾਂ ਸਾਰੀ ਸੱਸੂ ਤੇ ਕਿਤੇ ਹੀ ਕੋਈ ਸੀ ਅਸਾਂ ਨੇ ਤਾਂ ਅਸਾਂ ਤਾਂ ਬਿਮਾਰ ਹੋਣੇ ਸਨ ਅਸਾਂ ਤਾਂ ਵੀ ਕੰਮ ਕਰਨੇ ਸਾਂ ਅੱਜ ਕੱਲ੍ਹ ਕੋਈ ਨੂੰ ਆਈਏ ਬਿਮਾਰ ਹੋਣ ਤਾਂ ਮਿਲ ਜਾਣਾ ਉਹ ਬਦਲੇ ਆਪਣੇ ਜਿਹੜੇ ਨਾ ਨੂੰ ਵੱਡਾ ਮਕਾਰਾ ਇਹ ਪੁੱਤਰਾ ਕਰੀ ਦਾ ਬੰਦਾ ਕੰਮ ਕਢਾਉਣਾ ਉਹ ਗੈਸ ਗੱਲਾਂ ਨਾਲ ਕਰਨੀਓ ਮੈਂ ਗੈਸ ਛੋੜਿਆ ਖੁੱਲਾ ਤਾਂ ਪਰੌਂਠਾ ਗਿਆ ਮਾੜਾ ਸੜੀ ਨਾ ਰੋਟੀ ਫੁੱਲ ਪੀਏ ਹੁਣ ਤਾਂ ਨਾਈਸ ਲੱਗਣਾ ਤਾਂ ਕੋਹਾਂ ਹੁਣ ਤਾਂ ਹਾਂ ਦਿਲ ਕਰਨਾ ਅਸੀਂ ਤਾਂ ਆਈ ਜੋ ਕਸਮੇ ਮੈਂ ਪਰੌਂਠੇ ਬਣਾਏ ਵੇ ਨਾ ਖਾਈ ਵੀ ਲੋ ਸੋਹਣੇ ਸੋਹਣੇ ਪਰੌਂਠੇ ਹੁਣ ਬਣਤੇ ਵੇ ਪਲੇਟਾਂ 'ਚ ਬਾਈ ਕਿਵੇਂ ਸਾਂ ਬਾਈ ਕਿੱਦਾਂ ਵੈ ਕਿਆ ਕਿਵੇਂ ਹੈ ਡੋਂਗੇ 'ਚ ਕਹਿ ਬਾਂ ਦੋ ਬੰਦੇ ਆ ਔਰ ਇਹ ਕੱਪੜੇ ਜਿਹੜੇ ਨਾ ਮੈਂ ਕਸਮੇ ਲਾਏ ਨਾ ਵੀਡੀਓ ਤਾਂ ਬਣਾਉਣੀ ਆ ਮੈਂ ਲੱਗੀ ਵੀ ਇਸਨੇ 'ਚ ਦੋ ਬੰਦੇ ਬੜੀ ਸਕਣੇ ਨੇ ਇਹ ਪਾਕਿਸਤਾਨ ਨੂੰ ਸਵਾਇਰ ਜੀ ਪਾਕਿਸਤਾਨ ਨੂੰ ਸਵਾਇਰ ਆ ਇਹ ਤੱਕੋ ਇਤਨੇ ਖੁੱਲੇ ਨੇ ਕੱਪੜੇ ਤਾਂ ਹੁਣ ਮੈਂ ਠੀਕ ਕਰ ਹੀ ਸਕਦੀ ਹਾਂ ਸਿਲਾਈ ਮਾਰਦਾ ਹੈ ਠੀਕ ਕਰ ਸਕਦੀ ਹਾਂ ਮਗਰ ਜਿਹੜਾ ਇਸਨੇ ਵਿੱਚ ਲੱਗੀ ਹੋਈ ਹੈ ਲੈਸ ਪਾਈਪਿੰਗ ਨੇ ਵਿੱਚ ਤਾਂ ਫਿਰ ਜਾਣਾ ਅਸਾਂ ਉਹ ਠੀਕ ਬੜਾ ਵਕਤ ਹੋਣਾ ਵੈ ਮੈਂ ਹੈ ਛੋੜੋ ਇਹ ਵਕਤ ਦਰੇਨੇ ਕਰਨੇ ਨਾਲੋ ਮੈਂ ਚੋਲ ਬਲੋਲੇ ਹੀ ਲਾਈ ਰੱਖਸਾਂ ਮਿਕੀ ਕੋਈ ਫਰਕ ਨਹੀਂ ਮਿਕੀ ਕੋਈ ਬਾਦਲ ਨਹੀਂ ਹੈ ਕਿ ਮੈਂ ਕਿਹੋ ਜਿਹੇ ਕੱਪੜੇ ਲੱਗੇ ਵੇ ਮੈਂ ਤੁਸੀਂ ਪਤਾ ਮੈਂ ਜਿਹੜੀ ਵੀ ਕੱਪੜੇ ਲੱਗੇ ਹੁਣ ਮੈਂ ਉਹਨਾਂ 'ਚ ਵੀਡੀਓ ਬਣਾਉਣੀ ਪੜੀਆਂ ਮੈਂ ਕੋਲ ਆਸ਼ ਨਹੀਂ ਕਿ ਮੈਂ ਸੋਹਣੇ ਜਿਹੇ ਕੱਪੜੇ ਲਾਏ ਤਾਂ ਮੈਂ ਵੀਡੀਓ ਬਣਾ ਸਾਂ ਤਾਂ ਅੱਲਾਹ ਤਾਲਾ ਜਿਹੜਾ ਮੇਰੀ ਕਮਯਾਬੀ ਯੂਟਿਊਬ 'ਚ ਦੇਸੀ ਨਾ ਜਿਹੜਾ ਕੋਈ ਪੈਸੇ ਸ਼ੈਸੇ ਲੱਭ ਸਕਣਾ
ਜਿਹੜਾ ਕੋਈ ਪੈਸੇ ਸ਼ੈਸੇ ਲੱਭ ਸਨ ਯੂਟਿਊਬ ਨੇ ਤਾਂ ਫਿਰ ਸੋਹਣੇ ਸੋਹਣੇ ਕੱਪੜੇ ਲਾਈ ਦਿੱਤਾ ਫਿਰ ਮੈਂ ਅੱਛਾ ਕਰਸਾਂ ਅਜੇ ਦੇ ਨਾਲ ਮੈਂ ਲਾਉਣੀ ਹੈ ਜੇ ਕੋਈ ਪੈਸੇ ਸ਼ੈਸੇ ਲੱਭਣੇ ਹੈ ਕੋਈ ਤਾਂ